ਲੁਧਿਆਣਾ ਤੋਂ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵੱਲੋਂ ਇਮਰਾਨ ਖਾਨ ਦੇ ਦਿੱਤੇ ਬਿਆਨ ਤੇ ਕੜਾ ਇਤਰਾਜ਼ ਜਤਾਇਆ ਗਿਆ। ਉਨ੍ਹਾਂ ਕਿਹਾ ਕਿ ਸਾਡਾ ਦੇਸ਼ ਪਹਿਲਾਂ ਵੀ ਇਹਨਾਂ ਨੂੰ ਸਬਕ ਸਿਖਾ ਚੁੱਕਿਆ ਹੈ ਅਤੇ ਅੱਜ ਫਿਰ ਸਬਕ ਸਿਖਾਉਣ ਦੀ ਲੋੜ ਪੈ ਗਈ ਹੈ। ਇਸ ਦੌਰਾਨ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵੀ ਨਿਸ਼ਾਨੇ ਸਾਧੇ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸਾਹਿਬ ਦੀ ਗਿੱਦੜ ਧਮਕੀ ਤੋਂ ਸਾਡਾ ਦੇਸ਼ ਡਰਨ ਵਾਲਾ ਨਹੀਂ, ਦੇਸ਼ ਦੇ ਲੋਕ ਡਰਨ ਵਾਲੇ ਨਹੀਂ ਤੇ ਦੇਸ਼ ਦੀ ਬਹਾਦਰ ਸੂਰਬੀਰ ਫੌਜ ਸੈਨਿਕ ਡਰਨ ਵਾਲੇ ਨਹੀਂ ਗੇ। ਇਹ ਉਹੀ ਦੇਸ਼ ਆ ਪਾਕਿਸਤਾਨ ਜਿਹਨੂੰ ਪਹਿਲਾਂ ਇੱਕ ਵਾਰੀ ਹਿੰਦੁਸਤਾਨ ਦੇ ਸੈਨਿਕ ਧੂੜ ਚਟਾ ਹਟੇ ਆ, ਫੜ ਕੇ ਚੋਗਿਲ ਨਹਿਰ ਤੱਕ ਲੈ ਗਏ ਸੀ, ਲਾਹੌਰ ਤੱਕ ਲੈ ਗਏ ਸੀ, ਲਾਹੌਰ ਤੱਕ ਹਿੰਦੁਸਤਾਨ ਦੇ ਸੈਨਿਕ ਸੂਰਬੀਰ ਫੌਜੀਆਂ ਨੇ ਜਿੱਤ ਲਿਆ ਸੀ। ਇਹ ਤਾਂ ਸਾਡੇ ਲੀਡਰਾਂ ਦੀ ਬਾਤ ਦੇ ਵਿੱਚ ਬਦਕਿਸਮਤੀ ਕਹਿ ਲਈਏ, ਮਾੜੀ ਨੀਅਤ ਕਹਿ ਲਈਏ, ਵਾਪਸ ਕਰਤਾ ਸੀ। ਨਰਿੰਦਰ ਮੋਦੀ ਸਾਹਿਬ 2014 ਦੇ ਵਿੱਚ ਇੱਦਾਂ ਕਰਕੇ ਦਿਖਾਉਂਦੇ ਸੀ ਵੀ 56 ਇੰਚ ਸੀਨਾ ਪਾਕਿਸਤਾਨ ਨੂੰ, ਮੈਂ ਪਾਕਿਸਤਾਨ ਦੀ ਔਕਾਤ ਦਿਖਾ ਦੂੰਗਾ। ਅੱਜ ਵੇਲਾ ਪਾਕਿਸਤਾਨ ਨੂੰ ਪਾਕਿਸਤਾਨ ਦੀ ਔਕਾਤ ਦਿਖਾਉਣ ਦਾ, ਕਿੰਨੇ ਦੇਰ ਅਸੀਂ ਆਪਣੇ ਸੂਰਬੀਰ ਸੈਨਿਕ ਜਿਹੜੇ ਆ ਉਹ ਸ਼ਹੀਦ ਕਰਾਉਂਦੇ ਰਹਾਂਗੇ, ਕਿੰਨੀ ਦੇਰ ਤੱਕ ਅਸੀਂ ਸ਼ਹੀਦ ਸੈਨਿਕਾਂ ਦੀਆਂ ਡੈੱਡ ਬਾਡੀਆਂ ਦੇ ਨਾਲ ਉਹ ਕੈਸਾ ਮਾੜਾ ਭੱਦਾ ਵਿਵਹਾਰ ਕਰਦੇ, ਕਿੰਨੀ ਦੇਰ ਤੱਕ ਟੋਲਰੇਟ ਕਰਾਂਗੇ। ਸੋ ਹੁਣ ਇਹ ਜਿਹੜਾ ਸਬਰ ਦਾ ਪਿਆਲਾ ਭਰ ਗਿਆ ਹੋਇਆ। ਨਵਜੋਤ ਸਿੰਘ ਸਿੱਧੂ ਨੂੰ ਵਿਰੋਧੀ ਪਾਰਟੀਆਂ ਵੱਲੋਂ ਨਿਸ਼ਾਨੇ ਤੇ ਲੈ ਜਾਣ ਤੇ ਉਹਨਾਂ ਕਿਹਾ ਕਿ ਸਿਆਸੀ ਪਾਰਟੀਆਂ ਦਾ ਕੰਮ ਹੀ ਹੁੰਦਾ ਹੈ ਨਿਸ਼ਾਨੇ ਸਾਧਨਾ। ਉਹਨਾਂ ਕਿਹਾ ਕਿ ਸਾਰੀ ਬੀਜੇਪੀ ਦੀ ਚਾਲ ਹੈ ਜੋ ਇਹ ਜਿਹੇ ਘਿਨੌਣੇ ਕੰਮ ਕਰ ਰਹੀ ਹੈ। ਚਲੋ ਜਿਹੜੀ ਪੋਸਟਰਾਂ ਦੇ ਉੱਤੇ ਕਾਲਖ ਜੇ ਉਹ ਇਹ ਤਾਂ ਪੋਲੀਟੀਕਲ ਸਟੰਟ ਹੈਗੇ ਆ, ਬੀਜੇਪੀ ਵਾਲੇ ਲੱਗੇ ਹੋਏ ਆ ਖਾਮ ਖਾਈ। ਪਹਿਲਾਂ ਆਪਣੇ ਮੋਦੀ ਨੂੰ ਤਾਂ ਸਮਝਾਉਣ ਬੀਜੇਪੀ ਵਾਲੇ ਜਾ ਕੇ, ਮੋਦੀ ਸਾਹਿਬ ਨੂੰ ਕਿਉਂ ਨਹੀਂ ਕਹਿੰਦੇ ਕਿ 2014 ਦੇ ਵਿੱਚ 56 ਇੰਚ ਦਾ ਸੀਨਾ ਪਾਕਿਸਤਾਨ ਨੂੰ ਔਕਾਤ ਦਿਖਾਉਣ ਵਾਸਤੇ ਉਹ ਕਿੱਥੇ ਆ? ਸਿੱਧੂ ਦੀਆਂ ਫੋਟੋਆਂ ਦੇ ਉੱਤੇ ਜਿਹੜੀ ਕਾਲ ਸਮਲਣੀ, ਇਹ ਤਾਂ ਐਵੇਂ ਨੌਟੰਕੀ ਹੈ ਨਾ ਦੀ, ਹੋਰ ਕੁਛ ਨਹੀਂ ਹੈਗਾ। ਬਾਦਲ ਜਿਹੜੇ ਖਤਮ ਹੋਣ ਦੀ ਕਗਾਰ ਤੇ ਬੈਠੇ ਆ ਤੇ ਨਾਲ ਬੀਜੇਪੀ ਰਲੀ ਹੋਈ। ਪੰਜਾਬ ਵਿਧਾਨ ਸਭਾ 'ਚ ਹੋਈ ਗਹਿਮਾ ਗੇਮੀ ਤੇ ਵੀ ਬੈਂਸ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਬਾਦਲ ਦੀ ਬੀ ਟੀਮ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਕੈਬਨਿਟ ਮੰਤਰੀ ਹੀ ਉਹਨਾਂ ਤੇ ਸੰਧੀ ਦੇ ਆਰੋਪ ਲਗਾ ਰਹੇ ਨੇ, ਜਿਸ ਨਾਲ ਸਾਫ਼ ਜ਼ਾਹਿਰ ਹੁੰਦਾ ਹੈ ਕਿ ਕੈਪਟਨ ਡਿਵੀਡੀ ਦਾ ਹਿੱਸਾ ਹਨ। ਸੋ ਕੱਲ ਦੀ ਜਿਹੜੀ ਸਾਰੀ ਗਰਮਾ ਗਰਮੀ ਹੋਈ ਆ ਉਹਦੇ ਵਿੱਚ ਇੱਕ ਗੱਲ ਸਾਫ਼ ਤੇ ਸਪਸ਼ਟ ਹੋ ਗਈ, ਜਿਹੜੀ ਗੱਲ ਅਸੀਂ ਕਹਿੰਦੇ ਸੀ ਨਾ ਵੀ ਕੈਪਟਨ ਤੇ ਬਾਦਲ ਆਪਸ 'ਚ ਰਲੇ ਹੋਏ ਆ, ਕੱਲ ਉਹ ਗੱਲ ਲਾਈਵ ਪੰਜਾਬ ਵਿਧਾਨ ਸਭਾ ਦੇ ਅੰਦਰ ਕਾਂਗਰਸ ਪਾਰਟੀ ਦੇ ਕੈਬਨਿਟ ਵਜ਼ੀਰਾਂ ਨੇ ਕਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਤੁਸੀਂ ਬਾਦਲਾਂ ਦੇ ਨਾਲ ਸੰਧੀ, ਇੱਕ STF ਦੀ ਰਿਪੋਰਟ ਦੇ ਵਿੱਚ ਬਣਿਆ ਹੋਇਆ ਦੋਸ਼ੀ ਚਿੱਟੇ ਦਾ ਸਭ ਤੋਂ ਵੱਡਾ ਸਮਗਲਰ ਮਜੀਠੀਆ ਖੜ ਕੇ ਸਰਕਾਰ ਨੂੰ ਦਬਕੇ ਮਾਰ ਰਿਹਾ, ਕਿਹਦੀ ਸ਼ਹਿ ਦੇ ਉੱਤੇ? ਕੈਪਟਨ ਅਮਰਿੰਦਰ ਸਿੰਘ ਦੀ ਸ਼ਹਿ ਦੇ ਉੱਤੇ। ਇਹ ਰਲੇ ਹੋਏ ਆਪਸ ਦੇ ਵਿੱਚ, ਅੱਗੇ ਤਾਂ ਅਪੋਜੀਸ਼ਨ ਕਹਿੰਦੀ ਸੀ, ਹੁਣ ਕਾਂਗਰਸ ਪਾਰਟੀ ਦੇ ਕੈਬਨਿਟ ਰੈਂਕ ਦੇ ਵਜ਼ੀਰਾਂ ਨੇ ਕੱਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੂੰਹ ਦੇ ਉੱਤੇ ਇਹ ਗੱਲ ਕਹੀ। ਆਨੰਦਪੁਰ ਸੀਟ ਤੇ ਟਕਸਾਲੀ ਅਕਾਲੀ ਦਲ ਵੱਲੋਂ ਆਪਣੇ ਉਮੀਦਵਾਰ ਦੀ ਦਾਅਵੇਦਾਰੀ ਕਰਨ ਤੇ ਉਹਨਾਂ ਕਿਹਾ ਕਿ ਹਰ ਪਾਰਟੀ ਨੂੰ ਆਪਣਾ ਆਪਣਾ ਅਧਿਕਾਰ ਹੈ। ਉਹਨਾਂ ਕਿਹਾ ਕਿ ਉਹ ਉਹਨਾਂ ਦੀ ਪਾਰਟੀ ਦੇ ਮੈਂਬਰ ਨਹੀਂ ਹਨ। ਸੋ ਉਹ ਜੰਮ ਜੰਮ ਕੇ ਟਕਸਾਲੀ ਅਕਾਲੀ ਜੰਮ ਜੰਮ ਕੇ ਲੜਨ, ਅਸੀਂ ਉਹਨਾਂ ਨੂੰ ਰੋਕ ਸਕਦੇ ਹਾਂ? ਸਾਡਾ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਪਟਿਆਲੇ ਬਣਿਆ, 4 ਮੈਂਬਰ ਉਹਦੇ 'ਚ, ਖਹਿਰਾ ਸਾਹਿਬ ਦਾ ਧੜਾ, ਗਾਂਧੀ ਜੀ ਦਾ ਧੜਾ, ਬਹੁਜਨ ਸਮਾਜ ਪਾਰਟੀ, ਲੋਕ ਇਨਸਾਫ਼ ਪਾਰਟੀ, ਉਹਦੇ 'ਚ ਅਕਾਲੀ ਦਲ ਟਕਸਾਲੀ ਨਹੀਂ ਸੀ। ਸੁਖਪਾਲ ਖਹਿਰਾ ਵੱਲੋਂ ਦਿੱਤੇ ਗਏ ਬਿਆਨ ਤੇ ਉਹਨਾਂ ਕਿਹਾ ਕਿ ਇਹੋ ਜਿਹੇ ਮਾਮਲਿਆਂ ਤੇ ਜਿਸ ਵਿੱਚ ਸਾਡੀ ਫੌਜ ਦੇ ਜਵਾਨ ਸ਼ਹੀਦ ਹੋਏ ਹੋਣ ਉਸ ਵਿੱਚ ਸਿਆਸਤ ਨਹੀਂ ਕਰਨੀ ਚਾਹੀਦੀ। ਇਸ ਵਕਤ ਐਸਾ ਬਿਆਨ ਜਿਵੇਂ ਖਹਿਰਾ ਸਾਹਿਬ ਨੇ ਕਹਿਤਾ ਵੀ ਜੰਮੂ ਐਂਡ ਕਸ਼ਮੀਰ ਦੇ ਵਿੱਚ ਫੌਜੀ ਜਿਹੜੇ ਰੇਪ ਕਰ ਜਾਂਦੇ ਆ, ਫੇਕ ਇਨਕਾਊਂਟਰ ਕਰ ਜਾਂਦੇ ਆ, ਹਿਊਮਨ ਰਾਈਟਸ ਦਾ ਵਾਇਲੇਸ਼ਨ ਕਰਦੇ ਆ, ਮਨੁੱਖੀ ਅਧਿਕਾਰਾਂ ਦਾ ਘਾਣ ਕਰਦੇ ਆ, ਇਸ ਵੇਲੇ ਕਹਿਣ ਦੀ ਲੋੜ ਨਹੀਂ। ਉਹ ਇਸ ਵੇਲੇ ਫੌਜੀਆਂ ਦੇ ਨਾਲ ਖੜਨ ਦੀ ਜ਼ਰੂਰਤ ਆ, ਦੇਸ਼ ਦੇ ਨਾਲ ਖੜਨ ਦੀ ਜ਼ਰੂਰਤ ਆ। ਬਿਊਰੋ ਰਿਪੋਰਟ, ਲੁਧਿਆਣਾ ਵਿਊ।